ਅਸਲਾਮੁ ਅਲੈਕੁਮ, ਵੈਲਕਮ ਟੂ ਵਿਰਾਇਸ਼ ਬ੍ਰਦਰਸ ਵਲੌਗ। ਮੈਂ ਆਪਣੇ ਦੇਖਣ ਵਾਲੇ ਭੈਣਾਂ ਭਰਾਵਾਂ ਨੂੰ ਵਿਰਾਇਸ਼ ਬ੍ਰਦਰਸ ਖੁਸ਼ਾਮਦੀਦ ਆਵਾਂ। ਜਿਸ ਤਰ੍ਹਾਂ ਕਿ ਅੱਜ ਮੈਂ ਉਸਮਾਨ ਬਾਈ ਦਾ ਜ਼ਿਆਦ ਪਰਵੇਜ਼ ਨਾਲ ਇਹਨਾਂ ਦਾ ਪਾਸਪੋਰਟ ਲੈਣ ਵਾਸਤੇ ਜਾ ਰਿਹਾ, ਕਿਉਂਕਿ ਇਹ ਵੀ ਪਾਕਿਸਤਾਨ ਵਿੱਚ ਥੋੜ੍ਹੇ ਤੰਗ ਹੋਏ ਨੇ ਅਤੇ ਆ ਇਨਸ਼ਾਅੱਲਾ ਇਹ ਵੀ ਅਬਰਾਡ ਜਾ ਰਹੇ ਨੇ ਅਤੇ ਉਸ ਤੋਂ ਬਾਅਦ ਅਸਾਂ ਇਹਨਾਂ ਦਾ ਡਰਾਈਵਿੰਗ ਲਾਇਸੈਂਸ ਵਾਸਤੇ ਜਾ ਰਹੇ ਹਾਂ। ਤਾਂ ਉਹ ਫਾਈਲ ਅਸਾਂ ਤਿਆਰ ਕਰਵਾ ਲਈ ਹੈ, ਇਹਨਾਂ ਦਾ ਬਲੱਡ ਗਰੁੱਪ ਵਗੈਰਾ ਲੈ ਲਿਆ ਵੈ, ਬਾਕੀ ਪਿਕਚਰ ਵਗੈਰਾ। ਤਾਂ ਹੁਣ ਇਨਸ਼ਾਅੱਲਾ ਅਸਾਂ ਮੀਰਪੁਰ ਦੀ ਤਰਫ ਜਾ ਰਹੇ ਹਾਂ। ਸੁਬਹਾ ਦੇ ਉੱਠੇ ਹਾਂ, ਲੇਕਿਨ ਇਹਨਾਂ ਦੀ ਗਲਤੀ ਦੀ ਵਜ੍ਹਾ ਤੋਂ ਇਹਨਾਂ ਆਪਣੀਆਂ ਚੀਜ਼ਾਂ ਪੂਰੀਆਂ ਨਹੀਂ ਸੀ ਕੀਤੀਆਂ, ਉਹ ਕਰਦਿਆਂ ਸਾਡਾ ਟਾਈਮ ਲੱਗ ਗਿਆ। ਤਾਂ ਹੁਣ ਇਨਸ਼ਾਅੱਲਾ ਅਸਾਂ ਉੱਥੇ ਜਾਵਾਂਗੇ ਤਾਂ ਬਾਕੀ ਆਪਣੇ ਜਿਹੜੇ ਮਾਮਲਾਤ ਨੂੰ ਤੈਅ ਕਰਾਂਗੇ। ਗਾਈਜ਼, ਤੁਸੀਂ ਦੇਖ ਸਕਦੇ ਹੋ ਅਸਾਂ ਸਾਂਘਾ ਤੋਂ ਨਿਕਲੇ ਹਾਂ, ਹੁਣ ਅਸਾਂ ਫੁੱਲ ਮੰਡਾ ਪਹੁੰਚੇ ਹਾਂ। ਇਹ ਮੰਡੇ ਦੀ ਵੀ ਤੁਸੀਂ ਰੌਣਕ ਚੈੱਕ ਕਰ ਸਕਦੇ ਹੋ, ਇਹ ਵੀ ਕਾਫੀ ਬਿਜ਼ੀ ਬਾਜ਼ਾਰ ਹੈ। ਇਹ ਲਾਗੇ ਮੇਨ ਸੜਕ ਹੈ ਇਸਦੀ, ਤੇ ਜਿਹੜਾ ਬਾਜ਼ਾਰ ਹੈ ਉਹ ਅੰਦਰ ਵਾਲੀ ਸਾਈਡ ਤੇ ਹੈ, ਤਾਂ ਇਨਸ਼ਾਅੱਲਾ ਕਿਸੇ ਦਿਨ ਉਹ ਵੀ ਵਿਜ਼ਿਟ ਕਰਾਂਗੇ। ਤਾਂ ਮੈਂ ਆਪਣੇ ਦੇਖਣ ਵਾਲੇ ਭੈਣਾਂ ਭਰਾਵਾਂ ਨੂੰ ਬੱਸ ਸਟੈਂਡ ਦੱਸਣ ਲੱਗਾ। ਬੱਸ ਸਟੈਂਡ ਦੇਖੋ, ਤੁਸੀਂ ਬਹੁਤ ਹੀ ਅੱਛੀ ਚੀਜ਼ ਨਜ਼ਰ ਆਏਗੀ ਹੈ, ਨਮਾਜ਼ ਪੜ੍ਹੀਆਂ ਜਾਇਨ ਮਾਲ ਬਣੀ ਹੈ, ਉਸ ਤੋਂ ਬਾਅਦ ਸਿਟਿੰਗ ਏਰੀਆ ਬਣੇ ਹੈ, ਨਾਲ ਤੁਸੀਂ ਦੇਖ ਸਕਦੇ ਹੋ ਇੱਥੇ ਵਾਸ਼ਰੂਮ ਦਾ ਵੀ ਇੰਤਜ਼ਾਮ ਕੀਤਾ ਗਿਆ ਵੈ। ਤੇ ਮਾਸ਼ਾਅੱਲਾ ਇੱਥੇ ਬੜਾ ਅੱਛਾ ਤਰੀਕਾ, ਟੇਬਲ ਲੱਗੇ ਨੇ, ਉੱਥੇ ਕਿਤਾਬਾਂ ਪਈਆਂ ਨੇ, ਕੁਰਾਨ ਮਜੀਦ ਪੜ੍ਹੇ ਆ। ਅਗਰ ਤੁਸੀਂ ਪੜ੍ਹਨਾ ਵੈ, ਅਗਰ ਪੜ੍ਹਨਾ ਤਾਂ ਇੱਧਰ ਪੜ੍ਹੋ, ਨਾਲ ਲੈ ਕੇ ਜਾਣਾ ਤਾਂ ਲੈ ਕੇ ਵੀ ਜਾ ਸਕਦੇ ਹੋ, ਬਾਕੀ ਵੀ ਤੁਸੀਂ ਅੰਦਰ ਦੱਸ ਸਕਦੇ ਹੋ। ਕਾਇਦ ਆਜ਼ਮ ਜੀ ਦੇ ਇਕਬਾਲ ਸਾਹਿਬ ਦੀ ਤਾਰੀਫ ਤਸਵੀਰ ਲਾਈ ਨੇ, ਤਾਂ ਇਸਦੇ ਤਾਂ ਵੀ ਮਾਸ਼ਾਅੱਲਾ ਬੜੀਆਂ ਅੱਛੀਆਂ ਅੱਛੀਆਂ ਗੱਲਾਂ ਲਿਖੀਆਂ ਨੇ। ਸਿਟਿੰਗ ਉੱਪਰ ਲਿਖੇ ਯੇ ਆਪਕੇ ਲੀਏ ਹੈ, ਇਸਕੀ ਹਿਫਾਜ਼ਤ ਕਰੇ, ਕਿਉਂਕਿ ਅਕਸਰ ਜਿਹੜੀ ਆਵਾਮ ਹੈ ਸਾਡੇ ਇੱਧਰ ਉਹ ਇਹਨਾਂ ਨੂੰ ਤੋੜ ਫੋੜ ਕਰਦੀ ਹੈ। ਲੇਕਿਨ ਇਹ ਮਾਸ਼ਾਅੱਲਾ ਬਹੁਤ ਹੀ ਅੱਛਾ ਬੰਦੋਬਸਤ ਹੋਇਆ, ਇਹ ਨਮਾਜ਼ ਵਾਲੀ ਜਗ੍ਹਾ ਹੈ, ਇਹ ਨਲਕਾ ਲੱਗੇ ਹੈ, ਇਹ ਇੱਥੋਂ ਤੁਸੀਂ ਵਜ਼ੂ ਵੀ ਕਰ ਸਕਦੇ ਹੋ। ਇਹ ਤਾਂ ਮਾਸ਼ਾਅੱਲਾ ਬਹੁਤ ਹੀ ਅੱਛਾ ਕਿਸੇ ਨਾਲ ਕੰਮ ਕੀਤੇ ਆ, ਬਹੁਤ ਹੀ ਅੱਛਾ ਬੱਸ ਸਟੈਂਡ ਬਣਾਇਆ। ਤਾਂ ਇਹ ਬੱਸ ਸਟੈਂਡ ਬਣਾਇਆ ਜਨਾਬ ਡੋਨਰ ਕੀਤਾ ਹੋਇਆ ਇਸ ਤੋਂ ਮੁਹੰਮਦ ਇਕਬਾਲ ਹਲੀਫਾ ਸਾਹਿਬ ਨੇ, ਇਹ ਮਾਸ਼ਾਅੱਲਾ ਬਹੁਤ ਹੀ ਅੱਛਾ ਬਣੇ। ਗਾਈਜ਼, ਜਿਸ ਤਰ੍ਹਾਂ ਕਿ ਅਸਾਂ ਰੁਕੇ ਸਾਂ ਤੁਹਾਨੂੰ ਇੱਕ ਬੱਸ ਸਟੈਂਡ ਦਾ ਦੱਸਣ ਵਾਸਤੇ, ਮੈਂ ਤੁਹਾਨੂੰ ਦੱਸਿਆ ਮੀਰਪੁਰ ਜਾ ਰਿਹਾ, ਹਾਜੀ ਸਾਹਿਬ ਵੀ ਅਸਾਂ ਨੂੰ ਮਿਲ ਗਿਆ। ਤੇ ਹਾਜੀ ਸਾਹਿਬ ਵੀ ਤਾਂ ਦਵਾਈ ਲੈਣ ਗਏ, ਹਾਜੀ ਸਾਹਿਬ ਮਾਸ਼ਾਅੱਲਾ ਇਹਨਾਂ ਦੀ ਸਿਹਤ ਹੁਣ ਕਾਫੀ ਬਿਹਤਰ ਹੋ ਚੁੱਕੀ ਹੈ, ਅੱਲਾਹ ਤਾਲਾ ਰਮਜ਼ਾਨ ਦੇ ਸਦਕੇ ਇਹਨਾਂ ਨੂੰ ਸਿਹਤ ਜਾਫੀ ਪਰ ਮੈਂ, ਤੇ ਇਹ ਹੁਣ ਮਾਸ਼ਾਅੱਲਾ ਦਵਾਈ ਲੈ ਕੇ ਘਰ ਜਾ ਰਹੇ। ਅਸੀਂ ਆ ਗਏ ਹਾਂ ਚੇਚੀਆਂ ਮੋੜ ਪਰ, ਬਿਲਕੁਲ ਛੂਟੋ ਛੂਟ ਜਾ ਰਿਹਾ ਮੀਰਪੁਰ ਦੀ ਤਰਫ, ਕਿਉਂਕਿ ਟਾਈਮ ਥੋੜ੍ਹਾ ਵੈ ਤੇ ਕੰਮ ਜ਼ਿਆਦਾ ਨੇ। ਹੁਣ ਅਸੀਂ ਗੁਜ਼ਰ ਰਹੇ ਹਾਂ ਚੇਚੀਆਂ ਬਾਜ਼ਾਰ ਵਿੱਚੋਂ, ਠੀਕ ਹੈ ਜੀ। ਤੇ ਚੇਚੀਆਂ ਬਾਜ਼ਾਰ ਵਿੱਚ ਤੁਸੀਂ ਤੱਕ ਸਕਦੇ ਹੋ, ਬਿਲਕੁਲ ਹੀ ਸੁਨਸਾਨ ਹੋਏ ਹੈ, ਕੋਈ ਬਿਜ਼ੀ ਨਹੀਂ, ਕੋਈ ਰਸ਼ ਨਹੀਂ, ਕੁਝ ਕੱਖ ਵੀ ਨਹੀਂ, ਕਿਉਂਕਿ ਇਤਨੀ ਕੁ ਮਹਿੰਗ ਪਾਈ ਹੈ ਇੱਥੇ। ਆ ਗਏ ਅਸੀਂ ਜੀ ਲੱਖਾ ਸਿੰਘਾ ਮੋੜ ਪਰ, ਇਹ ਬਹੁਤ ਹੀ ਖਤਰਨਾਕ ਮੋੜ ਹੈ, ਇੰਤਹਾਈ ਖਤਰਨਾਕ ਮੋੜ ਹੈ, ਠੀਕ ਹੈ ਜੀ। ਇੱਥੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ, ਅਤੇ ਮੁਤੀਬ ਬਾਈ ਦੱਸ ਰਹੇ ਨੇ ਵੀ ਇੱਥੇ ਇੱਕ ਵਾਰੀ ਐਕਸੀਡੈਂਟ ਹੋਇਆ ਸੀ, ਇਹਨਾਂ ਦਾ ਕੋਈ ਜਾਣਨ ਵਾਲਾ ਬੰਦਾ ਸੀ, ਉਹ ਮੋਟਰਸਾਈਕਲ 'ਤੇ ਉਹਨਾਂ ਦਾ ਐਕਸੀਡੈਂਟ ਹੋਇਆ ਸੀ, ਲੇਕਿਨ ਇਹ ਹੈ ਕਿ ਉਹ ਅੱਲਾ ਦੇ ਫਜ਼ਲੋ ਕਰਮ ਨਾਲ ਬਚ ਗਏ ਸਨ, ਠੀਕ ਹੈ ਜੀ। ਅਤੇ ਅੱਗੇ ਹੀ ਨਾਲ ਆ ਜਾਂਦੀ ਹੈ ਮਰਕੀ, ਬਹੁਤ ਹੀ ਖੂਬਸੂਰਤ ਹੈ, ਕਿਸੇ ਨੇ ਬਣਾਈ ਅਤੇ ਰੋਜ਼ੀਆਂ ਦੀ ਵਜ੍ਹਾ ਤੋਂ ਬੰਦ ਹੈ ਇਹ, ਠੀਕ ਹੈ ਜੀ, ਬਹੁਤ ਹੀ ਖੂਬਸੂਰਤ ਹੈ। ਅਤੇ ਨਾਲ ਹੀ ਹੈ ਕਿਸੇ ਜਨਾਬ ਚਾਦਰਾਂ ਦਾ ਆਪਣਾ ਬਿਜ਼ਨਸ ਖੋਲ੍ਹਿਆ ਇੱਥੇ, ਇਹ ਕੁਝ ਬਣ ਰਿਹਾ ਹੋਰ ਵੀ ਇੱਥੇ,
ਇਹ ਇਨਸ਼ਾਅੱਲਾ ਤੁਹਾਨੂੰ ਵੀ ਦਿਹਾੜਾ ਮਲਮਾਤ ਦੇ ਜਾਏਗੀ ਇੱਥੇ ਕੀ ਬਣ ਰਿਹਾ। ਠੀਕ ਹੈ ਜੀ, ਵੈਲਕਮ ਟੂ ਮੀਰਪੁਰ ਆਜ਼ਾਦ ਕਸ਼ਮੀਰ। ਅਸਾਂ ਬਿਲਕੁਲ ਖੈਰ ਵਾਫੀਅਤ ਨਾਲ ਮੀਰਪੁਰ ਆ ਗਏ ਹਾਂ ਅਤੇ ਹੁਣ ਬਿਲਕੁਲ ਅਸਾਂ ਦੀ ਦੌੜ ਹੈ ਲਾਇਸੈਂਸ ਆਫਿਸ ਵਿੱਚ ਸਿੱਧੇ ਅਸੀਂ ਪਹੁੰਚ ਜਾਈਏ, ਕਿਉਂਕਿ ਰਮਜ਼ਾਨ ਹੈ ਅਤੇ ਇਹਦੀ ਵਜ੍ਹਾ ਤੋਂ ਟਾਈਮਿੰਗ ਬਹੁਤ ਚੇਂਜ ਹੋਈ ਹੈ ਅਤੇ ਆਫਿਸ ਬਹੁਤ ਜਲਦੀ ਬੰਦ ਹੋ ਜਾਂਦਾ ਹੈ ਅਤੇ ਉੱਥੇ ਚੱਲ ਕੇ ਤੱਕਦੇ ਹਾਂ ਅਸਾਂ ਕੋਲ ਵੀਡੀਓ ਬਣਦੀ ਹੈ ਜਾਂ ਨਹੀਂ ਬਣਦੀ। ਠੀਕ ਹੈ ਜੀ, ਕਿਉਂਕਿ ਸਰਕਾਰੀ ਆਫਿਸ ਹੈ ਤਾਂ ਹੋ ਸਕਦਾ ਉਹਨਾਂ ਬਣਾਉਣ ਦੇਣ। ਅਤੇ ਬਾਕੀ ਚਲੋ ਅਸੀਂ ਹੁਣ ਆਪਣੀ ਮੰਜ਼ਿਲ ਦੀ ਤਰਫ ਗਮਜ਼ਾਨ ਹਾਂ ਜੀ, ਦੌੜੋ ਦੌੜ ਹੀ ਲੱਗੇ ਹਾਂ। ਮੁਤੀਬ ਭਾਈ ਮੋਟਰਸਾਈਕਲ ਨੂੰ 120 ਦੀ ਸਪੀਡ ਪਰ ਦੜਾਏ ਆਵੇ ਤਾਂ ਉਹ ਆਦਨ ਜਲਦੀ ਅਸੀਂ ਪਹੁੰਚੀਏ ਨਾ। ਗਾਇਸ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵਕਤ ਪਾਸਪੋਰਟ ਆਫਿਸ ਵਿੱਚ ਆਏ ਹਾਂ, ਲੇਕਿਨ ਉਹ ਇੱਕ ਮਹੀਨੇ ਦਾ ਟਾਈਮ ਸੀ, ਕਿੰਨਾ 21 ਦਿਨ 21 ਦਿਨਾਂ ਦਾ ਟਾਈਮ ਸੀ, ਮਹੀਨੇ ਬਾਅਦ ਆਇਆ ਲੇਕਿਨ ਪਾਸਪੋਰਟ ਨਹੀਂ ਮਿਲਿਆ। ਅਤੇ ਬਾਕੀ ਅਸਾਂ ਜਿਹੜੀ ਲਾਇਸੈਂਸ ਵਾਲੀ ਹੈ ਜਿਹੜੀ ਫਾਈਲ ਪੂਰੀ ਤਿਆਰ ਕਰ ਲਈ ਹੈ, ਹੁਣ ਅਸਾਂ ਫੀਸ ਸਬਮਿਟ ਕਰਵਾਸਾਂ। ਫੀਸ ਸਬਮਿਟ ਕਰਵਾਉਣ ਤੋਂ ਬਾਅਦ ਇਨਸ਼ਾਅੱਲਾ ਉਹ ਸਾਨੂੰ ਟਾਈਮ ਦੇਣਗੇ ਕਿ ਅਸੀਂ ਲਾਇਸੈਂਸ ਬਣਵਾਉਣਾ। ਲਾਇਸੈਂਸ ਦੀ ਫੀਸ ਵਾਸਤੇ ਜ਼ਿਆਦ ਬਾਈ ਖੜ੍ਹੇ ਨੇ ਜੋ ਕਿ ਆਪਣੀ ਫੀਸ ਜਮ੍ਹਾਂ ਕਰਵਾਉਣਗੇ। ਰਸ਼ ਦੇਖ ਸਕਦੇ ਹੋ ਤੁਸੀਂ ਕਾਫ਼ੀ ਜ਼ਿਆਦਾ ਵਾ, ਲੇਕਿਨ ਇਹ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਤਾਂ ਫੀਸ ਜਮ੍ਹਾਂ ਕਰਵਾਉਂਗੇ ਤਾਂ ਜਾ ਕੇ ਆਪਣੀ ਫਾਈਲ ਉੱਥੇ ਸਬਮਿਟ ਕਰਦੇ ਸਨ। ਇਹ ਉਹ ਕੇ ਐੱਫ ਸੀ ਹੈ ਜਿਹੜੀ ਕੁਝ ਦਿਨ ਪਹਿਲਾਂ ਤੁਸੀਂ ਸਾਰਿਆਂ ਬੰਦਿਆਂ ਨੇ ਤੱਕਿਆ ਵੈ, ਇੱਥੇ ਬਹੁਤ ਹੀ ਤੋੜ ਫੋੜ ਹੋਈ ਹੈ ਅਤੇ ਮੈਂ ਨਾ ਸਮਝਦਾ ਇਹ ਕੋਈ ਅੱਛਾ ਇਕਦਾਮ ਸੀ। ਠੀਕ ਹੈ ਜੀ, ਕਿਉਂਕਿ ਇੱਥੇ ਜਿਤਨੇ ਵੀ ਅਸਾਂ ਦੇ ਭਾਈ ਕੰਮ ਕਰਦੇ ਸਨ ਮੁਸਲਮਾਨ ਭਰਾ ਸਨ ਜੀ, ਤਾਂ ਉਹ ਬੇਰੁਜ਼ਗਾਰ ਹੋ ਗਏ ਈਦ ਦੇ ਸਿਰ ਉੱਪਰ। ਗਾਇਸ ਇਹ ਤੁਸੀਂ ਦੇਖ ਸਕਦੇ ਹੋ ਕੋਟ ਹੈ, ਕਸ਼ਮੀਰ ਔਰਫਨਸ ਰਿਲੀਫ ਟਰੱਸਟ ਗਿਵ ਜ਼ਕਾਤ ਟੂ ਔਰਫਨਸ ਆਫ ਕੋਟ, ਮਤਲਬ ਕਿ ਇੱਧਰ ਜਿਹੜੇ ਨੇ ਬੇਸਹਾਰਾ ਯਤੀਮ ਬੱਚੇ ਰਹਿ ਰਹੇ ਨੇ, ਤੁਸੀਂ ਇਹਨਾਂ ਨੂੰ ਆਪਣੀ ਜ਼ਕਾਤ ਦਿਓ, ਚੈਰਿਟੀ ਦੇਵੋ ਤਾਂ ਕਿ ਇਹ ਮਜ਼ੀਦ ਅੱਛਾ। ਇੱਧਰ ਹੀ ਅੰਦਰ ਇਹਨਾਂ ਨੇ ਕੋਟ ਐਜੂਕੇਸ਼ਨਲ ਕੰਪਲੈਕਸ ਦੇ ਨਾਲ ਹੀ ਇਹਨਾਂ ਨੇ ਅੰਦਰ ਆਪਣਾ ਸਕੂਲ ਵਗੈਰਾ ਹਰ ਸ਼ੈ ਅੰਦਰ ਹੀ ਸੈਕਟਾ ਬਣਾਇਆ ਹੈ, ਤਾਂ ਇਹਨਾਂ ਦੀ ਮਦਦ ਕੀਤੀ ਜਾਏ ਤਾਂ ਕਿ ਇਹ ਮਜ਼ੀਦ ਅੱਛਾ ਆਪਣਾ ਵਰਕ ਕਰ ਸਕਣ।